परफेक्ट दशहरा ग्राउंड वाला जी, कोई कमी नहीं कढ सकदा, कोई भी नहीं, पूरा परफेक्ट लगता पिया। लो जी बंदे फूकन भी लगे है कई तो, ओ देखो जी ते ओ देखो ओडी दा बाह ओए मनवीर फिरदा जी वीरे। हैप्पी दशहरा ऑल ऑफ यू यूट्यूब जी सारे थोड़ा कुंडियां बख्शा हेलो क्या बात है, बहुत खूबसूरत आतिशबाजी का मनमोहक दृश्य अपने देख रहे, देखो बहुत वधिया, बहुत धूमधाम के नाल दशहरा मनाया जा रहा है। साडे अभय जी समा होण लग्या है, बोल सियापति रामचंद्र की। ਬਈ ਕਿਵੇਂ ਹੋ ਤੇ ਇੱਕ ਹੋਰ ਆਪਾਂ ਵਲੌਗ ਅੱਜ ਦਾ ਸਟਾਰਟ ਕਰ ਰਹੇ ਹਾਂ। ਅੱਜ ਦਾ ਵਲੌਗ ਆ ਦੁਸ਼ਹਿਰੇ ਦਾ, ਤੇ ਦੁਸ਼ਹਿਰੇ ਵਾਲਾ ਦਿਨ ਚੜ੍ਹ ਚੁੱਕਿਆ ਤੇ ਮਗਰ ਤੁਹਾਨੂੰ ਰਾਵਣ ਪਿਆ ਦਿਖ ਰਿਹਾ ਹੋਊ। ਰਾਵਣ ਦਾ ਕੀ ਕੁਛ ਬਣਿਆ ਮੰਦਾ ਐਂ ਲੱਗਦਾ ਵੀ ਬਿਲਕੁਲ ਖਾਲੀ ਖੜਾ। ਤੇ ਦੁਸ਼ਹਿਰੇ ਵਾਲਾ ਦਿਨ ਆ, ਸਵੇਰ ਦੇ 8 ਵੱਜ ਗਏ ਨੇ, ਤੁਸੀਂ ਇਹ ਸੋਚੋ ਵੀ ਸਾਡੇ 'ਤੇ ਕਿੰਨਾ ਕੁ ਪ੍ਰੈਸ਼ਰ ਹੋਊ, ਕੀ ਕੁਛ ਬਣਾਉਣਾ ਹੋਊ। ਆਏ ਤਾਂ ਸਾਰਾ ਇਹਦਾ ਸਟਰਕਚਰ ਬਣ ਚੁੱਕਿਆ ਕਿ ਤੇ ਬੋਰੀਆਂ ਬੁਰੀਆਂ ਲੱਗ ਕੇ ਪੂਰਾ ਕੈੜਾ ਹੋ ਚੁੱਕਿਆ ਹੈ ਨਾ। ਬਾਕੀ ਇੱਧਰ ਬੋਰੀਆਂ ਬੁਰੀਆਂ ਲਾਣੀਆਂ, ਅੰਦਰ ਪੜਾਕੇ ਵੀ ਲਾਤੇ ਨੇ, ਪੜਾਕੇ ਹਾਲੇ ਖਾਸੇ ਪਏ ਨੇ ਸਾਡੇ ਕੋਲ, ਅੱਧੇ ਕੁ ਲਾਏ ਸੀਗੇ, ਰਿਸਕ ਸੀ ਰਾਤ ਨੂੰ ਜੇ ਉਰੇ ਰੱਖ ਜਾਂਦੇ ਚੰਗਿਆੜਾ ਪੈ ਜਾਂਦਾ ਕਿਤੋਂ, ਸਾਰਾ ਰਾਵ ਕੋਠੇ ਦੀ ਫੋਕੇ ਆਉਣਾ ਸੀ। ਉਦੋਂ ਬਾਅਦ ਥੱਲੇ ਵੀ ਇਹਦੀ ਤਾਂ ਇੰਨੀ ਮਿਹਨਤ ਨਾਲ ਅਸੀਂ ਇਹਨੂੰ ਸੈੱਟ ਕੀਤਾ ਤੇ ਬਸ ਹੁਣ ਇਹਦੇ ਕੰਮ ਕੀ ਰਹਿ ਗਿਆ ਮੈਂ ਤੁਹਾਨੂੰ ਫਟਾਫਟ ਉਹ ਦੱਸਦਾ। ਇਹਦੇ ਬਸ ਆਪਾਂ ਗੂੰਦ ਲਾ ਕੇ ਅਖਬਾਰ ਦੀਆਂ ਚੰਗੀ ਤਰ੍ਹਾਂ ਲੇਅਰਾਂ ਲਾ ਕੇ ਇਹਨੂੰ ਇੰਨਾ ਕੁ ਪੱਕਾ ਕਰ ਦੇਣਾ, ਇੰਨਾ ਕੁ ਪੱਕਾ ਕਰ ਦੇਣਾ ਵੀ ਬਸ ਗੱਲਾਂ ਛੱਡ ਦਿਓ। ਉਦੋਂ ਬਾਅਦ ਬਸ ਫਿਰ ਆਪਾਂ ਇਹ 'ਤੇ ਲਾਉਣਾ ਜਿਹੜਾ ਕਿ ਆਪਣਾ ਜਿਹੜਾ ਵੀ ਰੰਗ ਦਾ ਪੇਪਰ ਇਹ 'ਤੇ ਆਪਾਂ ਲਾਉਣਾ ਵਾ ਉਹ ਆਪਾਂ ਇਹ 'ਤੇ ਅਪਲਾਈ ਕਰ ਦੇਣਾ। ਅਤੇ ਇੱਕ ਇਹਦਾ ਰਹਿ ਗਿਆ ਬਸ ਫੇਸ ਬਣਾਉਣਾ ਰਹਿ ਗਿਆ ਗੱਤੇ ਦਾ, ਅਤੇ ਬਾਹਾਂ ਬਣਾਉਣੀਆਂ ਰਹਿ ਗਈਆਂ। ਮਤਲਬ ਆਲਮੋਸਟ ਪਿਆ ਹੀ ਆ, ਪਰ ਅਸੀਂ ਦੁਪਹਿਰੇ 2 ਵਜੇ ਤੱਕ ਇਹਨੂੰ ਕਰ ਦਾਂਗੇ ਕੰਪਲੀਟ ਕਰਕੇ ਲਾ ਦੇਣਾ। ਉਰੋਂ ਥੱਲੇ ਲਾਵਾਂਗੇ, ਕਿੱਥੋਂ ਲਾਵਾਂਗੇ ਇਹ ਸਭ ਤੁਸੀਂ ਵਲੌਗ ਦੇ ਵਿੱਚ ਦੇਖਿਓ ਵੀ ਥੱਲੇ ਕਿਵੇਂ ਲਾਵਾਂਗੇ। ਥੱਲੇ ਲਾਉਣਾ ਵੀ ਇਹਨੂੰ ਬੜਾ ਔਖਾ ਕਿਉਂਕਿ ਉਰੇ ਪੌੜੀਆਂ 'ਚੋਂ ਜਾਣਾ ਨਹੀਂ, ਜਾਂ ਤਾਂ ਉੱਥੋਂ ਥੱਲੋਂ ਲਮਕਾਉਣਾ ਪੈਣਾ, ਅਤੇ ਸਾਨੂੰ ਐਂ ਆ ਲਮਕਾਉਣ 'ਤੇ ਇਹ ਖਿੰਡ ਨਾ ਜਾਵੇ, ਐਂ ਖੁੱਲ੍ਹ ਨਾ ਜਾਵੇ, ਫੁੱਲ ਨਾ ਬਣ ਜਾਵੇ ਇਹਦਾ। ਵਲੌਗ 'ਚ ਦੇਖਿਓ ਤੁਸੀਂ ਕੀ ਬਣ, ਆਹ ਵੀ ਸਾਈਡ 'ਤੇ ਆਹ ਵੀ ਜਾਂ ਤਾਂ ਵਿੱਚ ਹੀ ਪਾ ਲਾਂਗੇ। ਹੁਣ ਆਪਾਂ ਇਹਦੇ ਲਾਉਣ ਲੱਗੇ ਹਾਂ ਬਾਕੀ ਥੋੜ੍ਹੇ ਜਿਹੇ, ਬਾਕੀ ਆਹ ਦੇਖੋ ਐਦਾਂ ਭਰਿਆ ਹੋਇਆ ਵਾ। ਲੈਂਥ ਵੀ ਇਹਦੀ ਮੇਰੇ ਖਿਆਲ ਨਾਲ ਪੂਰੀ ਹੋਊਗੀ, ਕਿੰਨੀ ਹੋਊਗੀ ਲੈਂਥ ਇਹਦੀ, 10-12 ਫੁੱਟ ਲੈਂਥ ਆ। ਅੰਦਰੋਂ ਦੇਖੋ ਪੂਰਾ ਲੱਗਦਾ ਐਨ ਪੂਰਾ ਗੋਲ, ਉਹ ਹਾਲੇ ਅੰਦਰੋਂ ਪੂਰਾ ਗੋਲ ਲੱਗਦਾ ਓਏ। ਤੂੰ ਚੱਲ ਓਏ ਚੌਰਸ ਵਾਲਿਆ। ਸਮਾਨ ਵਗੈਰਾ ਵੀ ਆ ਗਿਆ ਬਈ, ਅਖਬਾਰ ਆ ਗਏ, ਫੈਵੀਕੋਲ ਆ ਗਈ, ਬਰੱਸ਼ ਆ ਗਿਆ, ਗੱਤੇ ਆ ਗਏ। ਹੁਣ ਜਲਦੀ ਬਸ ਇਹਨੂੰ ਕਵਰ ਕਰ ਦਈਏ। ਆਲਮੋਸਟ ਬੋਰੀਆਂ ਨਾਲ ਕਵਰ ਹੋ ਚੁੱਕਿਆ, ਦਿਖਾ ਦਾਂ ਤੁਹਾਨੂੰ, ਬੋਰੀਆਂ ਨਾਲ ਕਵਰ ਹੋ ਚੁੱਕਿਆ। ਹੁਣ ਇਹਨੂੰ ਪੇਪਰ ਨਾਲ ਕਵਰ ਕਰਕੇ ਇਹਦੇ ਉੱਤੇ ਰੰਗ ਬਿਰੰਗੇ ਕਾਗਜ਼ ਲਾ ਕੇ ਕੱਪੜੇ ਪਵਾ ਕੇ ਮੂੰਹ ਤਿਆਰ ਕਰਾਂਗੇ ਗੱਤੇ ਦਾ, ਬਾਹਾਂ ਤਿਆਰ ਕਰਾਂਗੇ ਗੱਤੇ ਦੀਆਂ। ਉਦੋਂ ਬਾਅਦ ਸਾਰੀ ਅਪਡੇਟ ਹੁਣ ਤੁਹਾਨੂੰ ਦੁਪਹਿਰੇ ਦਿਖਾਵਾਂਗੇ। ਫੋਨ ਵੀ ਘੱਟ ਚਾਰਜ ਆ, ਸ਼ਾਮ ਨੂੰ ਵਲੌਗ ਸ਼ੂਟ ਕਰਨਾ ਉਹਦੇ ਕਰਕੇ ਫੋਨ ਦੀ ਚਾਰਜਿੰਗ ਬਚੀ ਹੋਣੀ ਜ਼ਰੂਰੀ ਆ। ਹੁਣ ਆਪਾਂ ਤੁਹਾਨੂੰ ਸਿੱਧਾ ਉਦੋਂ ਮਿਲਦੇ ਹਾਂ ਜਦੋਂ ਪੂਰਾ ਬਣ ਕੇ ਤਿਆਰ, ਮੂੰਹ ਤਿਆਰ ਹੁੰਦਾ ਪਿਆ ਆ ਗਈ। ਅੱਛਾ ਐਂ ਕੱਟ ਦੇਣਾ ਇਹ ਬਸ, ਸੰਦੀਪ ਤੇਰੀ ਮੁੱਛ ਨਹੀਂ ਲੱਗਣੀ, ਆਪਣਾ ਟਾਈਮ ਹੋ ਗਿਆ ਜੀ 11:35 ਹੋ ਗਏ ਨੇ, ਤੇ ਹੁਣ ਮੂੰਹ ਤੇ ਲੱਗੇ ਹੋਏ। ਉਹ ਸਾਰੀਆਂ ਲੇਅਰਾਂ ਲਾਤੀਆਂ ਅਖਬਾਰ ਦੀਆਂ, ਮੁੱਛ ਤਾਂ ਕੱਟਣ ਨੂੰ ਰਹਿਣ ਦਿਓ, ਤਾਂ ਇਹਨੇ ਬਣਾ ਦਾਂਗੇ। ਆ ਵੀ ਥੋੜਾ ਕੱਟਣ ਨੂੰ ਕੀ ਆ ਜੀ, ਅੱਖ ਦੇ ਤੈਨੂੰ ਕਹੀ ਤਾਂ ਜਾਂਦਾ ਚਮਕੀਲੀ ਟੇਪ ਕੱਟ ਦੋ ਕੱਟ ਦੇ। ਹਾਂ ਹਾਂ ਮੂੰਹ ਉੱਤੇ ਲਾ ਕੇ ਉਹਦੇ ਉੱਤੇ ਲਾ ਦੇ, ਚੱਲ ਇਹਦੇ ਉੱਤੇ ਸ਼ੇਪ ਦੇ ਦੇ, ਇਹਦੀ ਅੱਖ ਕੱਟ ਲਾ ਯਾਰ, ਅੱਖ ਉੱਤੇ ਲਾ ਦੇ ਕੀ ਤੂੰ, ਉਹ ਲਾ ਇਹਦੇ ਉੱਤੇ ਕਾਗਜ਼ ਗੋਲ ਗੋਲ ਕਰਕੇ ਗੂੰਦਣਾ। ਕੀ ਬਣਾਉਣਾ, ਐ ਨੀ ਵੀ ਅਸੀਂ ਗੱਤੇ ਦੇ ਹੀ ਬਣਾਈ ਜਾ ਰਹੇ ਹਾਂ, ਮਤਲਬ ਕਿ ਐ ਨਾ ਸੋਚਿਓ ਵੀ ਅਸੀਂ ਬਸ ਗੱਤੇ ਤੇ ਡਿਜ਼ਾਈਨ ਪਾਈ ਜਾਂਦੇ ਆ।
हाँ पिछली बार बांस का बनाया सी जो कि बिना तो कपड़िया तो मतलब कि बिना कागज तो घेंट लगता सी जद कागज लाता फिर असि कोई बिंक तड़ंक जी करता ਤੁਸੀਂ ਦੇਖ ਲਿਓ ਪਿਛਲਾ ਵਲੌਗ ਜਾ ਕੇ ਨਾ ਟਾਈਮ ਸੀ ਆਪਣੇ ਕੋਲ ਪੂਰਾ ਹਾਂ ਐਡਿਟ ਪਿਛਲੀ ਵਾਰ ਵੀ ਸਾਡਾ ਆਹੀ ਕੰਮ ਸੀ ਲੱਗੇ ਹੋਏ ਸੀ 3-4 ਵਜ ਗਏ ਸੀ ਆਪਣਾ ਆਹੀ ਕੰਮ ਸੀ ਪਿਛਲੀ ਵਾਰ ਦੁਸ਼ਹਿਰੇ ਵਾਲੇ ਦਿਨ ਸਾਰਾ ਕੁਝ ਕੀਤਾ ਸੀ ਅਖਬਾਰ ਲਾਇਆ ਸੀ ਇੱਕ ਬੰਦਾ ਛੱਡੋ ਆ ਲੱਗੋ ਤੁਸੀਂ ਨਾਲੇ ਸੋਚਿਆ ਹੋਇਆ ਸੀ ਅਤਲ ਬੁਲਾ ਲਾ ਪਹਿਲਾਂ ਤੋਂ ਨਾਲੇ ਸੋਚਿਆ ਸੀ ਪਹਿਲਾਂ ਤੋਂ ਸਟਾਰਟ ਕਰਨਾ ਪਹਿਲਾਂ ਤਾਂ ਵੀ ਬਹੁਤ ਚਿਰ ਤੋਂ ਸੋਚਿਆ ਆਇਆ ਸੀ 3-4 ਜ਼ਹਿਰ ਪਰਫੈਕਟ ਪਰਫੈਕਟ ਉਹ ਆ ਗਈ हां ठीक है बढ़िया लाइन करी इनू परा करी मुच्छा रोड़ी परा करी ਥੱਲੇ करी ओए डराता लो जी कपड़ा लगना स्टार्ट हो गया ते पूरा एन परफेक्ट दशहरा ग्राउंड वाला जी कोई कमी नहीं कट सकता कोई भी नहीं पूरा परफेक्ट लगता पिया कपड़ा स्पेशल जाके लेके आए हां ये बहुत स्पेशल कपड़ा जेड़ा कि सिर्फ रावण ਲਈ ਵਰਤਿਆ ਜਾਂਦਾ ਤੁਸੀਂ ਦੇਖਿਓ ਵੱਡੇ ਵੱਡੇ ਰਾਵਣਾਂ 'ਚ ਇਦਾਂ ਦਾ ਹੀ ਕਪੜਾ ਲੱਗਿਆ ਹੁੰਦਾ ਹੁਣ ਦੇਖਦੇ ਹਾਂ ਪੂਰੀ ਲੁੱਕ ਇੱਦਾਂ ਦੀ ਇਹਦੀ ਕਿੱਦਾਂ ਦੀ ਨਿਕਲ ਕੇ ਆਉਂਦੀ ਹੈ ਜਦ ਇਹਦਾ ਮੂੰਹ ਤਿਆਰ ਹੋ ਜੂ ਬਾਹਾਂ ਲੱਗ ਜਾਣਗੀਆਂ ਤਾਂ ਕਿੱਦਾਂ ਦੀ ਲੁੱਕ ਨਿਕਲ ਕੇ ਆਊਗੀ ਤੁਹਾਨੂੰ ਸਾਰਾ ਦੇਖਣ ਨੂੰ ਮਿਲੂ ਅੱਜ ਦੇ ਵਲੌਗ ਦੇ ਵਿੱਚ ਤਾਂ ਬਣੇ ਰਹੋ ਲਓ ਜੀ ਬੰਦੇ ਫੂਕਣ ਵੀ ਲੱਗੇ ਆ ਕਈ ਤਾਂ ਉਹ ਦੇਖੋ ਜੀ ਤੇ ਉਹ ਦੇਖੋ ਓਡੀ ਦਾ ਬਾਹ ਵਾ ਮਨਵੀਰ ਫਿਰਦਾ ਓਡੀ ਦਾ ਬਾਹ ਵਾ ਉਹੀ ਹੈ ਨਾ ਉਹ ਦੇਖ ਉਹ ਨਾਲ ਖੜਾ ਜਿਹੜਾ ਰਾਵਣ ਦੇ रावण मुर्दा स्मोक लिया होर कुछ नहीं स्मोक आ यार ये तो मेरा टाइम वेस्ट करने वाला काम हो गया ना पहला तो उही छिट्टी हुई सी पैकेट दे विच पा के उंगल तेरी बिच आउंदी है कैमरे दे लो जी करता खड़ा कपड़े पा के बह हुण तैयार हुंदियां पईयां ने बाहां मूँह तैयार हो चुके लगभग मुकट बनाउणा वा प्लस इहदे मुछां मछां लाउणियां अखां बनाउणियां दंद लाउणे आ तीन वज चुके ने हालत देखो तुसीं मुंडिआं दी पूरी ज्यादे बस होई पई आ ਰੌਣਕਾਂ ਲੱਗੀਆਂ ਹੋਈਆਂ ਨੇ ਮਿਹਨਤ ਪੂਰੀ ਆ ਲਾਈਕ ਜੇ ਨਾ ਕੀਤਾ ਲੱਖ ਲਾਨਤਾਂ ਨੇ ਵੀਰੇ ਯੂਟਿਊਬ ਜੀ ਸਾਰਿਆਂ ਆਲ ਆਫ ਯੂ ਦੀ ਬੋਲੀ ਯਾਰ ਆਲ ਆਫ ਯੂ ਓਰੇ ਆ ਜਾ ਆ ਗਿਆ ਰੌਣਕ ਮੇਲਾ ਫੁੱਲ ਲੱਗਣਾ ਜੀ ਤੁਸੀਂ ਬਣੇ ਰਹੋ ਵਲੌਗ ਨਾਲ ਸਪੀਕਰ ਸਪੁੱਕਰ ਡੀਜੇ ਭੰਗੜੇ ਸਾਰਾ ਕੁਝ ਹੋਊ ਨਜ਼ਾਰੇ ਆਉਣਗੇ ਬਣੇ ਰਹੋ ਬਈ ਫਾਈਨਲੀ ਉਹ ਸਮਾਂ ਆ ਗਿਆ ਜਦ ਇਹਨੂੰ ਥੱਲੇ ਲੈ ਕੇ ਜਾਣ ਲੱਗੇ ਆ ਹੁਣ ਪੂਰਾ ਸਿਰਫ ਇੰਨੀ ਚਾਰ ਦਿਨ ਦੀ ਮਿਹਨਤ ਮਿੰਟਾਂ ਚ ਫੁੱਕ ਜਾਣੀ ਆ ਇੱਕ ਵਾਰ ਤੁਹਾਨੂੰ ਅੰਦਰਲੇ ਪੜਾਕੇ ਦਿਖਾਵਾਂ ਕਿੰਨੇ ਭਰੇ ਹੋਏ ਆ ਉਹ ਉਧਰ ਨਜ਼ਾਰੇ ਲੈਂਦੇ ਆ ਗਾਣੇ ਗੁਣੇ ਚੱਲਦੇ ਨੇ ਬਾਕੀ ਅੰਦਰ ਦੇਖੋ ਹਲੇ ਹੋਰ ਪੜਾਕੇ ਖਾਸੇ ਪਏ ਉਹ ਫਿੱਟ ਕਰ ਦੇਣੇ ਆ ਤੇ ਆ ਸੇਬੇ ਲੈ ਕੇ ਆਏ ਆ ਇਹਦੇ ਨਾਲ ਰਾਵਣ ਹੁਣ ਥੱਲੇ ਉਤਾਰਿਆ ਜਾਊ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ ਕਿਵੇਂ ਉਤਾਰਾਂਗੇ ਦੇਖਿਓ ਤੁਸੀਂ ਉੱਤਰ ਪਾਊਗਾ ਜਾਂ ਕੀ ਬਣੂ ਸਾਨੂੰ ਡਰ ਲੱਗ ਰਿਹਾ ਵੀ ਕਿਤੇ ਮਿਹਨਤ ਸਾਡੀ ਉਰੇ ਖਰਾਬ ਨਾ ਹੋ ਜੇ ਬਾਕੀ ਦੇਖੋ ਪੋਜ਼ਿਟਿਵ ਰਹਿਣਾ ਚਾਹੀਦਾ ਲਓ ਬਈ ਨਿਆਦ ਨਾ ਤੋਂ ਆਏ ਨੇ ਮੈਂ ਇਹਨੂੰ ਕਹਿ ਕੇ ਗਿਆ ਸਪੈਸ਼ਲ ਵੀ ਕਰਕੇ ਰੱਖੀ ਕੀ ਕੀਤਾ ਬਾ ਹੁਣ ਬਾਹਾਂ ਬੂਹਾਂ ਬੰਨ ਕੇ ਸਾਰਿਆਂ ਨੇ ਰਾਵਣ ਫੂਕਤਾ ਅਸੀਂ ਵੀ ਰਹਿ ਗਏ ਖੇਤੀਆਂ ਨੂੰ ਖੜਾ ਕਰੀਏ ਪੁੱਠਾ ਤਾਂ ਨਹੀਂ ਬੰਨਤਾ ਨਾ ਨਾ ਠੀਕ ਹੈ ਸਿੱਧੇ ਜੀ ਚੱਲ ਛੋਟੂ ਹੈਲੋ ਓਏ ਯਾਰ ਗਰਦਨ ਵਾਲਾ ਪੰਗਾ ਪਿਆ ਹੋਇਆ ਰਾਵਣ ਤਾਂ ਖੜਾਤਾ ਫੂਕ ਦੋ ਬਈ ਲਾ ਦੀ ਅੱਗ ਵਲੌਗ ਕੌਣ ਬਣਾਊ ਸੈਂਟਰ ਚ ਖੜ ਕੇ ਐਂ ਤਾਂ ਮੇਰੇ ਵਾਲੇ ਖੜਾ ਕਿੱਦਾਂ ਇਹ ਦੁਸ਼ਹਿਰਾ ਦਾ ਦਿਨ ਆ ਦੁਸ਼ਹਿਰੇ ਦੀ ਈਵ ਆ ਤੇ ਕਿੱਦਾਂ ਹੁਣ ਇਹ ਤੁਹਾਡਾ ਇਹ ਇਹ ਰਾਵਣ ਦਹਨ ਕਰਨ ਦੀ ਪੂਰੀ ਪੂਰੀ ਤਿਆਰੀ ਆ
मनमोहक नजारा पेश कर रहे ने दशहरे की इस ईव दे उते क्या बात है। बहुत खूबसूरत आतिशबाजी का मनमोहक दृश्य किदा रावण पहला बंदा होना है जेड़ा अपनी मौत का नजारा सामने देख रहा। देखो बहुत वधिया बहुत धूमधाम के नाल दशहरा मनाया जा रहा है। साढ़े अभय जी मनजीत सिंह किदा रावण के छिट्टे पै गए ते हुण अखीर रावण दहन का समा होण लग्या है। खड़े सीगे किदा सारे सवाह ही कर छड़े आ अग्नि भेट हो चुके आ किदा सारे हवा छड़ दे आ जे किदा जी ने पूरी भारी पानी है ते अपनी पा सकदा है। अग लगी जाऊ देखो जी मुंडिया दी लाई हुई अग कमाल ही कर छड़ी है। बहुत उंदा कलाकारी करी है मुंडिया ने बहुत दिनों की मेहनत तो बाद रावण बनाया सी ते मिंटा च फूक के परे मारे बदी उपर जित दे इस पवित्र त्योहार दे उते तुहानू सब नू यही गुजारिश करदे आ कि बदी ने आई सड़ जाना है ते नेकी ने तुहाडे नाल जाना है ते नेकियां कमाओ जफियां पाओ नजारे लो। एक गल याद रखियो मित्रो एक गल याद रखियो एक गल याद रखियो कि रोटी नू चोची कोई नहीं आंदा। बहुत वधिया हजे भी जागदा हो